ਸਤਿ ਸ਼੍ਰੀ ਅਕਾਲ ਅਦਾਬ ਸਲਾਮ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਨੂ ਕਪਿਲਾ, ਚੈਨਲ ਓਨਰ ਕਪਿਲਾ ਦੇ ਵਿੱਚ ਤੁਹਾਡਾ ਸਵਾਗਤ ਹੈ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਦੋਸਤੋ, ਬਾਰਿਸ਼ ਦਾ ਮੌਸਮ ਬੜਾ ਗਜਬ ਬਣ ਗਿਆ ਦੋਸਤੋ। ਅੱਜ ਮੈਨੂੰ ਨਹੀਂ ਲੱਗਦਾ ਕਿਤੇ ਬਾਹਰ ਜਾ ਹੋਣਾ, ਕਿਉਂਕਿ ਬਾਹਰ ਬਾਰਿਸ਼ ਬਹੁਤ ਤੇਜ਼ੀ ਨਾਲ ਆ ਰਹੀ ਹੈ। ਅਤੇ ਮੈਂ ਸੋਚ ਰਿਹਾ ਕਿ ਮੈਂ ਹੁਣ ਥੋੜ੍ਹਾ ਨਹਾ ਧੋ ਕੇ ਨਾ ਜਰਾ ਨਹਾ ਧੋ ਕੇ ਅੱਜ ਵਲੌਗ ਘਰ ਦਾ ਹੀ ਬਣਾਉਣਾ। ਅੱਜ ਤੁਹਾਨੂੰ ਦੱਸਦਾ ਓਨਰ ਕਿੰਨਾ ਕੁ ਪਰੇਸ਼ਾਨ ਕਰਦਾ, ਓਨਰ ਕਿੰਨੀਆਂ ਕੁ ਸ਼ਰਾਰਤਾਂ ਕਰਦਾ ਸਾਰੇ ਦਿਨ ਦੇ ਵਿੱਚ, ਓਨਰ ਕਿੱਦਾਂ ਕਿੱਦਾਂ ਤੰਗ ਕਰਦਾ ਓਨਰ। ਇੱਕ ਹੋਰ ਤੁਹਾਨੂੰ ਓਨਰ ਦਾ ਟੈਲੈਂਟ ਦਿਖਾਊਂਗਾ, ਓਨਰ ਹਾਰਮੋਨੀਅਮ ਵੀ ਸਿੱਖ ਰਿਹਾ ਵਜਾਉਣਾ, ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਦਿਖਾਊਂਗਾ, ਹੈ ਨਾ। ਬਾਕੀ ਯਾਰ ਇੰਨਾ ਹਾਲੇ ਮੈਨੂੰ ਘਰ ਦੇ ਵਲੌਗਾਂ ਦਾ ਇੰਨਾ ਹੈ ਨਹੀਂ ਹੈ, ਹਿਸਾਬ ਕਿਤਾਬ ਜਿਹਾ। ਚਲੋ ਹੌਲੀ ਹੌਲੀ, ਜਿੱਦਾਂ ਤੁਸੀਂ ਪਿਆਰ ਕਰਦੇ ਰਹੋਗੇ ਇੱਦਾਂ ਹੌਲੀ 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 ਸਾਰਾ ਕੁਛ ਹੋ ਜਾਣਾ ਵਧੀਆ ਵਧੀਆ ਕਰਕੇ। ਅਤੇ ਦੋਸਤੋ, ਇੱਕ ਹੋਰ ਗੱਲ ਇਹ ਗਈ ਕਿ ਅਗਰ ਤੁਸੀਂ ਇੱਦਾਂ ਓਨਰ ਦੇ ਬਲੌਗ ਇੱਦਾਂ ਓਨਰ ਦੇ ਕਲਿਪਸ ਦੇਖਣਾ ਚਾਹੁੰਦੇ ਹੋ, ਜਿਵੇਂ ਓਨਰ ਦੀਆਂ ਸ਼ਰਾਰਤਾਂ, ਓਨਰ ਦਾ ਸਕੂਲ ਕਿਵੇਂ ਉਹ ਤਿਆਰ ਹੁੰਦਾ, ਹੈ ਨਾ, ਕਿੰਨੀਆਂ ਨਖਰੇਬਾਜ਼ੀਆਂ ਕਰਦਾ ਉਹ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ, ਮੈਂ ਤੁਹਾਨੂੰ ਉਹਦਾ ਵੀ ਇੱਕ ਬਲੌਗ ਬਣਾ ਕੇ ਤੁਹਾਨੂੰ ਸੈਂਡ ਕਰ। ਹੈਲੋ ਦੋਸਤੋ, ਅੱਜ ਸੰਡੇ ਹੈ ਦੋਸਤੋ, ਅੱਜ ਮੈਂ ਦੋਸਤੋ ਆਪਣੇ ਓਨਰ ਕੇ ਸਾਥ ਸਾਰਾ ਟਾਈਮ ਸਪੈਂਡ ਕਰੂੰਗਾ। ਨਹੀਂ, ਆਪ ਕਿਸਕੇ ਸਾਥ ਸਪੈਂਡ ਕਰੋਗੇ ਟਾਈਮ? ਪਾਪਾ ਸਾਥ, ਬਾਤ ਹੈ, ਇੱਦਾਂ ਬੱਚੇ ਪਿਆਰ ਕਰਦੇ ਤੇ ਕਿੰਨੀ ਖੁਸ਼ੀ ਹੁੰਦੀ। ਅਭੀ ਆਪਕੋ ਹਾਰਮੋਨੀਅਮ ਸਿਖਾਊਂ? ਹੈਂ, ਅੱਛਾ, ਤੋ ਇੱਕ ਵੋ ਸੁਣਾ ਦੋ, ਰੇਂਜ ਰੇਂਜ ਸੁਣਾਣੀ, ਚਲੋ ਰੇਂਜ ਰੇਂਜ ਸੁਣਾ ਦੋ। ਇਧਰ ਇਧਰ ਆ ਕੇ ਇਧਰ ਸੁਣਾਓ ਨਾ, ਇਧਰ ਇਧਰ ਦੂਰ ਸੇ ਥੋੜੀ ਸੁਣੇਗਾ। ਚਲੋ ਅੱਛਾ, ਜੋਨੀ ਜੋਨੀ ਇਧਰ 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 ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਧਰਮ ਕੀ, ਧਰਮ ਕਾ ਪ੍ਰਾਣੀਓ ਮੈਂ, ਵਿਸ਼ਵ ਕਾ ਗਊ ਮਾਤਾ ਕੀ, ਗਊ ਮਾਤਾ ਕੀ, ਗਊ ਮਾਤਾ ਕੀ, ਹੱਕ ਸੇ ਹੱਕ ਸੇ ਹੱਕ ਸੇ ਜੈ ਮਾਤਾ ਦੀ। ਲੋ ਵੀ ਦੋਸਤੋ, ਨਾਸ਼ਤਾ ਆ ਗਿਆ ਤੇ ਸਾਹਮਣੇ ਜੱਟ ਪ੍ਰਭਜੋਤ, ਇੱਧਰ ਸ਼ਵੇਤਾ। ਜੱਟ ਪ੍ਰਭਜੋਤ ਦਾ ਬਲੌਗ ਚੱਲ ਰਿਹਾ, ਇੱਧਰ ਓਨਰ ਆਪਣਾ ਨਾਮ ਵੀ ਲਿਖਣ ਲੱਗ ਗਿਆ। ਲਿਖੋ ਓਨਰ, ਲਿਖੋ, ਲਿਖਦਾ ਪੁੱਠਾ ਸਿੱਧਾ ਹੀ ਹੈ ਪਰ ਲਿਖ ਦਿੰਦਾ। ਦੋਸਤੋ, ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ, ਆ ਜਿਹੜੀਆਂ ਲੇਡੀਜ਼ ਹੈ ਇਹ ਉੱਦਾਂ ਤਾਂ ਕਹਿੰਦੀਆਂ ਕਿ ਅਸੀਂ ਤੁਹਾਡੇ ਬਰਾਬਰ ਖੜਾਂਗੀਆਂ, ਹੈ, ਅਤੇ ਅਸੀਂ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੀਆਂ, ਹੈ ਨਾ। ਅਤੇ ਯਾਰ ਮਾੜੀ ਜਿਹੀ ਮੁੱਛ ਆ ਜਾਂਦੀ ਫਿਰ ਬਿਊਟੀ ਪਾਰਲਰ ਵੱਲ ਨੂੰ ਭੱਜਦੀਆਂ, ਇਹ ਚੱਕਰ ਕੀ ਹੈ ਯਾਰ? ਹੈ, ਆਹ ਸਾਡੀ ਮੈਡਮ ਨੂੰ ਦੇਖ ਲਓ, ਕਹਿੰਦੀ ਮੈਨੂੰ ਬਿਊਟੀ ਪਾਰਲਰ ਲੈ ਕੇ ਚੱਲੋ। ਕੀ ਯਾਰ, ਐਡਾ ਸੋਹਣਾ, ਮੈਂ ਆਰਾਮ ਕਰ ਰਿਹਾ ਸੀਗਾ ਦੋਸਤੋ, ਆਰਾਮ ਵੀ ਨਹੀਂ ਕਰਨ ਦਿੰਦੇ, ਹੁਣ ਮੈਂ ਇਹਨੂੰ ਬਿਊਟੀ ਪਾਰਲਰ ਲੈ ਕੇ ਜਾਵਾਂ। ਕੁਛ ਇੱਦਾਂ ਦਾ ਮੈਨੂੰ ਟ੍ਰਿਕ ਦੱਸੋ ਦੋਸਤੋ, ਵੀ ਇਹਦੇ ਤੋਂ ਕੰਮ ਖਤਮ ਹੀ ਹੋ ਜਾਏ, ਬਿਊਟੀ ਪਾਰਲਰ ਜਾਣਾ ਹੀ ਨਾ ਪਵੇ। ਹਾਂ, ਇਹਨਾਂ ਦੀ ਕੋਈ ਗੱਲਬਾਤ ਹੋਵੇ ਤਾਂ ਮੈਨੂੰ ਦੱਸਿਓ ਜ਼ਰੂਰ। ਇੱਕ ਆਹ ਮੇਰੇ ਏਸੀ ਦਾ ਪਿੱਛੇ ਦੇਖੋ, ਆ ਕੈਸਾ ਜਲਵਾ ਇਹਦਾ ਹੋ ਗਿਆ, ਸਮਝ ਹੀ ਨਹੀਂ ਆ ਰਿਹਾ। ਆਹ ਦੇਖੋ ਕਿਵੇਂ, ਕਿੰਨੀ ਕੁ ਦੇਰ ਲੱਗਣੀ ਜੀ? ਟੁੱਟੇ ਹੋਏ ਪੈਸੇ ਹੈ ਨਹੀਂ, ਜ਼ਰੂਰੀ ਟੁੱਟੇ ਹੋਏ ਦੇਣੇ, ਸਾਬਤੇ ਦੇ ਦਿਓ।
50 चाहिए? 50 तो नहीं है। मैनू एक गल दस, जब तेनू एक्टिवा आती है चलानी तो फिर मैनू कहते लिए खड़ीस दी है? हले तेन इन स्टार्ट करनी नहीं आई। देखो दोस्तों सेल्फ भी होंगी है, सेल्फ नाम की भी कोई चीज़ है। ये दब इदा होंगी स्टार्ट। चल फिर चल माड़ी जी तो गांह कर, लोगों को पता तो लगे भी ले जी। गई 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 दोस्तों, जे ये गिर जाए तो थंबनेल मिल जूगा। और भी दोस्तों सिख गई, ला तो ले ही नहीं थले। मैनू भी ले जा भरावा, नहीं तो तू कल जाया जी। लो जी चल गई, वो चली गई, मैं पिछे रह गया। तो हूँ मैं करा क्या, मैं समझ नहीं आती। आ गया, मैं भी आ गया, आ गया आ गया आ गया आ गया आ गया, मैं भी ले चल, लिफ्ट दे दो। मैं कोल पहुंचे फिर अगे भजा ली, लो बैठने लगा तो फिर अगे भजा ली। यार ये चक्कर हो गई रहा, लो भी दोस्तों पहुंच गए अपना ब्यूटी पार्लर से। मैडम आप चल गई अंदर, तो मैं बाहर हूँ वेट कर रहा, जिन्ना टाइम वह हालता जहाँ सैट नहीं आता उन्ना टाइम मैं बाहर बैठना पैना, इतने सड़क नापनिया। ਇੱਦਾਂ ਵੀ ਕਰਨਾ ਪੈਂਦਾ ਆਪਣੇ ਮੈਰਿਜ ਤੇ ਲੋਕ ਦਾ ਨਾਮ ਰੱਖ ਦੇਣਾ ਮੈਂ, ਸਾਈਡ ਇਫੈਕਟ ਆਫ ਮੈਰਿਜ। ਲੋ ਵੀ ਦੋਸਤੋ ਅੱਜ ਸੰਡੇ ਹੈ, ਸੰਡੇ ਵਾਲੇ ਦਿਨ ਸਾਰਾ ਬੋਰ ਹੋ ਗਿਆ ਸੰਡੇ। ਮੈਂ ਤਾਂ ਮੈਂ ਕਿਆ ਦੱਸਾਂ, ਕੋਈ ਕਿਆ ਹੋਇਆ ਓ ਸ਼ਿਟ ਦੋਸਤੋ ਆਹ ਦੇਖੋ ਇਹ ਤੇਰਾ ਹੈ, ਮੰਮੀ ਦਾ ਕਮੀਜ ਹੈ। ਓ ਸ਼ਿਟ और भाई ये ओनर ये क्या किया? यार ये तो मम्मी ने हाले पाया भी नहीं सूट, ये हुन तो लेके आए थे। न्यू कमीज है। देखो आ देखो दोस्तों आज कितना शैतान बच्चा है। अब हुन अपना ना कट ली कुछ ले इधर, ओनर ने नुकसान करता तगड़ा ही। अरे यार मम्मा तो हूँ खिजू गए, तू कि हाँ ये मम्मा बोल देगी ना, ये प्रेस करके रखी सूट, ये पुत्र करता प्रेस। मम्मी ने इन्हों तो कुछ नहीं कहना, ये किसने किया किसने किया? मम्मा ने की ले, दादी को बता देना फिर किसने किया। मैंने किया ये काटा, किसने किया? सॉरी बोलो, आगे से करोगे? बोलो आपने काटा ना ये कमीज। सॉरी बोलो ने? देखो दोस्तों ओनर ने ऐसा काम किया, मम्मी बेचारे टांके ला रहे हैं सूट में। मम्मी कैंची आई कितना इधर कोल है? मम्मी देखो कैंची आई कितना, इधर बिचो कट सेटी चू कट ली रात साढ़े नौ हो गए थे। मम्मी बेचारे, मम्मी ये नहीं होना ठीक है। मम्मी कितनी बारी पाया था सूट ये तुमने? है? एक बारी ही पाया हाले मम्मी ने सूट।
मम्मी वैसे इतना काम किया था, हासा आया कि गुस्सा? गुस्सा नहीं आया है, हासा आया था वैसे कैसी? मैं मम्मी बहुत डांटे हो ना, पर बच्चा है क्या करिए, क्या कर सकते हैं? चलो शुक्र परमात्मा का कि पिछे तो ही पड़िया, अगे तो नहीं पड़ता। ए जी आ गया। हाँ जी मम्मा, फोन मेरे पास थोड़ी है। स्कूटर तोड़ दिया उस तो, उस तो बाद इन्हें स्कूटर भी तोड़ता अपना। कहाँ से तोड़ा? इधर से इसने स्कूटर भी तोड़ दिया। कैसे तोड़ा था, क्या मारा इसमें? मम्मा मारिया? मम्मा तो शोशी कर रही है। लो भी दोस्तों, ओनर ने जरा नुकसान किया, ओनू तो कोई कुछ कहना ही नहीं है। ओनर आज की डेट के सब का घर प्यो बनया पिया, इनू यार कोई कुछ नहीं कहता। जे यही शरारत मैं की होंगी तो इन्होंने कहना निकल घर तो बहर। आई होप थानू मजा आया होगा वीडियो देख के। अगर थानू मजा आया तो लाइक कमेंट शेयर तो सबसक्राइब करके जाए दोस्तों। ते कमेंट्स की बहुत लोड़ है, थानू जिमें पता है मैं हर बंदे का कमेंट पढ़ता। बाय बाय।